जी नागरिक ते यह दूसरा सेशन शुरू हो गया सा जी कि फीमेल आला रहा तुम देख रहे हो कि मेरी स्क्रीन पर पाकिस्तान की बहुत बड़ी सुपर स्टार पाकिस्तान टैलीविजन पाकिस्तान फिल्म पाकिस्तान थिएटर का बहुत वाला नाम आयशा चौधरी कैसे हैं आप अलहमदुल्ला अल्लाह का शुक्रिया साहब ठीक है अल्हम्दुलिल्लाह अच्छा गाना बड़ा वायरल हो रहा है आपने सुना होगा आ तेरे मौज के नाम जी बिल्कुल आ तेरे जहर के नाम आ हां आ तो बहुत ज्यादा जोर है आप पे बहुत ज्यादा हां जी

हर घर में हर इवेंट पे चल रही है हर इवेंट पे हाँ तेन मौज करावा हाँ जी हर इवेंट पे तो ये गाना बहुत अच्छा है ये गाना जितना ये था ना जोशो में और खरोश जोशो खरोश, खरोश में, में। और ऊंची आवाज में था कि आ तेन मौज करावा बने जरा जोर लगे ना ओ मजा आया ਉਹਦਾ ਮਜ਼ਾ ਆਇਆ ਹਾਂਜੀ ਅਦਰਵਾਇਜ਼ ਇਹ ਸਲੋ ਦੇ ਵਿੱਚ ਮੈਂ ਵੇਖੋ ਤੈਨੂੰ ਮੌਜ ਅਕੀ ਮੌਜ ਵੀ ਨਹੀਂ ਹੋ ਰਹੀ ਪਤਾ ਕੀ ਗੱਲ ਹੈ ਜੋ ਹਾਲਾਤ ਨੇ ਬੜ ਦੇ ਕੀ ਆ ਯਾਰ ਤੈਨੂੰ ਮੌਜ ਕਰਾ ਬੜੀ ਜਨੀ ਮਹਿੰਗਾਈ ਹੈ ਜੋ ਹਾਲਾਤ ਨੇ ਆਪ ਆਪ ਨਹੀਂ ਮੌਜ ਉਲਢੇ ਚੱਲਦੇ ਸਨ ਲੇਕਿਨ ਜੋ ਲੇਕਿਨ ਜੋ ਜ਼ੋਰ ਲਾ ਕੇ ਬੋਲੇ ਗਿਆ ਨਾ ਉਹ ਤਾਂ ਜ਼ਿਆਦਾ ਮਜ਼ਾ ਆਛਾ ਮੈਨੂੰ ਵੀ ਲੱਗਾ ਕਿ ਜਿਵੇਂ ਉਹਨੇ ਖਿੱਚ ਕੇ ਕਿਹਾ ਆ ਤੈਨੂੰ ਮੌਜ ਕਰਾ ਬੱਸ ਹਾਂ ਜਿਵੇਂ ਕਹਿ ਰਿਹਾ ਆ ਤੈਨੂੰ ਮੌਜ ਕਰਾ ਤੈਨੂੰ ਮੌਜ ਕਰਾਵਾਂ ਆ ਤੂੰ ਸ਼ਾਇਰ ਕਰ ਗੱਲ ਸਮਝ ਆਛਾ ਕਰੋ ਚਲੋ ਜੀ ਉਹ ਕਹਿ ਤਾ ਨੇ ਮੰਨ ਲਈ ਆ ਤੈਨੂੰ ਸ਼ਾਇਰ ਕਰਾਵਾਂ ਉਹ ਜੋ ਬੰਦਾ ਤੁਰ ਵੀ ਪੈਦਾ ਦਿਲ ਕਰੇ ਸ਼ਾਲਾ ਪਰ ਪਾਗ ਲੈ ਜਾ ਹਾਂ ਯਾਦ ਕਹਿਣਾ ਕਿ ਆ ਤੈਨੂੰ ਯੂਕੇ ਭਰਾਵਾ ਹਾਂ ਨਹੀਂ ਯੂਕੇ ਦਾ ਨਾ ਆਇਆ ਵਿੱਚ ਤੈਨੂੰ ਯੂਰਪ ਕਮਾਵਾਂ ਹਾਂਜੀ ਹਾਂਜੀ ਆ ਤੈਨੂੰ ਮੈਂ ਆਪਣਾ ਕੀ ਆਪਣਾ ਫਰਾਸ ਖਮਾਵਾਂ ਹਾਂਜੀ ਨਹੀਂ ਕਹਦਾ ਆ ਤੈਨੂੰ ਸ਼ਾਇਰ ਕਰਾਵਾਂ ਸਹੀ ਉਹ ਸ਼ਾਇਰ ਕਿਤੇ ਅੰਦਰੂਪ ਪਾਰਟੀ ਲੈ ਦੇ ਕੋਲ ਤੋਂ ਬਿਜਾਰੇ ਉਥੋਂ ਦੇ ਆਏ ਆਗੇ ਸਹੀ ਸਹੀ ਸ਼ਾਇਰ ਮਨ ਕਿ ਯਾਦ ਕੋਈ ਜਗ੍ਹਾ ਦਾ ਨਾ ਲੈ ਲਊਗਾ ਹਾਂਜੀ ਲੇਕਿਨ ਇਹ ਕੋ ਹੁਣ ਜਗ੍ਹਾ ਤੇ ਫਿਰ ਡਿਸਾਈਡ ਬਾਅਦ ਚ ਬੰਦਾ ਕਰਦਾ ਹੈ ਕਿ ਕਿੱਥੇ ਉਹ ਵੀ ਨਾਲੇ ਵੀ ਕਹਿੰਦਾ ਯਾਰ ਉਹਨੂੰ ਘੁੰਮ ਕੇ ਲਾਹੌਰ ਦੀ ਹਾਂਜੀ ਲਾਹੌਰੋਂ ਬਾਹਰ ਨਹੀਂ ਜਾ ਰਿਹਾ ਉਹ ਹਾਂਜੀ ਲਾਹੌਰ ਲਾਹੌਰ ਦੇ ਵਿੱਚ ਹੀ ਹਾਂ ਤੇ ਚੈੱਕ ਕਰ ਡੋਲਿਆਂ ਦਾ ਜ਼ੋਰ ਨਹੀਂ ਹਾਂ ਲਾਹੌਰ ਤੇ ਲਾਹੌਰ ਹੀ ਇਹ ਦਾ ਖੈਰ ਲਾਹੌਰ ਤੇ ਸ਼ਹਿਜ਼ਾਦਾ ਸ਼ਹਿਰ ਫਿਰ ਤੇ ਵਿੱਚ ਡੋਲਿਆਂ ਦਾ ਜ਼ੋਰ ਕਦ ਲਈ ਪਾ ਲਿਆ ਵੀ ਇੱਟਾਂ ਚ ਕਾਣੀ ਉਹਨਾਂ ਨੂੰ ਕੀ ਮਤਲਬ ਲਾਦਾ ਕਿਸੇ ਨਾ ਬੋਡੀ ਬਿਲਡਰ ਦਾ ਗਾਣਾ ਲਿਖਿਆ ਗਿਆ ਹੈ। ਹਾਂ ਉਹ ਜਿਮ 'ਚ ਬੈ ਕੇ ਲਿਖਿਆ ਗਾਣਾ। ਹਾਂਜੀ। ਉਹਨੇ ਕਿਤੇ ਵਜ਼ਨ ਵਜ਼ਨ ਚੁੱਕਦੇ ਵੇਖਿਆ ਉਹਨੇ ਕਹਿਆ ਰੈਤ ਲਿਆ। ਹਾਂ। ਇਹਨੂੰ ਤਾਂ ਲੈ ਵਿੱਚ ਗਾ ਰਹੇ ਸੀ। ਬਿਲਕੁਲ। ਤੇ ਹੋਇਆ ਤੁਹਾਨੂੰ ਤੁਹਾਨੂੰ ਕਦੇ ਕਿਸੇ ਫੈਨ ਨੇ ਕਿਹਾ ਵੀ ਆਦਨ ਮौज ਕਰਾਵਾ। ਆਦਨ ਸ਼ਾਇਰ ਕਰਾਉ। ਨਹੀਂ। ਨਹੀਂ ਕਹਿੰਦੇ ਨੇ ਫੈਨ। ਕਹਿੰਦੇ ਅੱਛਾ ਕਹਿੰਦੇ ਵੀ ਸਿਰਫ। ਸਹੀ ਗੱਲ ਹੈ ਬਸ ਕਹਿੰਦੇ ਨੇ। ਕਹਿੰਦੇ ਨੇ। ਔਰ ਉਸ ਤੋਂ ਬਾਅਦ ਬਸ ਕਹਿ ਕੇ ਜਦੋਂ ਫਿਰ ਅੱਗੂ ਕਿਸੇ ਨਾ ਕਰਨਿਆ ਸੀ। ਓਏ ਹੋਏ। ਤੇ ਉਹ ਵੀ ਹਮੋਸ਼ ਹੋ ਜਾਂਦੇ ਨੇ। ਮੈਂ ਕਹਿੰਦਾ ਇਸ ਕਿਸਮ ਦੀ। ਅਸੀ ਖਮੋਸ਼ੀ ਲੱਗਦੀ ਫਿਰ ਲੱਗਦਾ ਮੈਂ ਕਬਰੋਸਾਂ ਬੈਠਾ ਕੋ ਆਵਾਜ਼ ਨਹੀਂ ਆਉਂਦੀ ਜਦੋਂ ਅਸੀਂ ਉਹਨਾਂ ਨੂੰ ਕੋਈ ਕੁਝ ਕਹਿੰਦੇ ਆ ਨਾ ਫਿਰ ਖਮੋਸ਼ੀ ਹੋ ਜਾਂਦੀ ਹੈ ਫਿਰ ਸੁਣਾਠਾ ਹੂੰ ਕੋਈ ਨੀ ਮਤੇ ਮੁਕਾਬਲ ਦੂਰ ਤੱਕ ਬਿਲਕੁਲ ਅੱਛਾ ਜਿਸ ਬੱਚੇ ਜੋ ਪਲਕ ਕੱਖ ਨਹੀਂ ਨਾ ਉਹ ਵੀ ਕਰ ਰਿਹਾ ਅਗਾਰੇ ਦਵਾਦ ਕੇ ਆ ਦਿਨ ਮੋਜ ਕਰਾਵਾ ਹਾਂਜੀ ਹੈ ਜੀ ਆ ਤੈਨੂੰ ਮੋਜ ਕਰਾਵਾ ਆ ਤੈਨ ਸੈਲ ਕਰਾਵਾ ਆ ਤੇਰੇ ਸਦਕੇ ਜਾਵਾ ਆ ਅੱਛਾ ਜਿਹੜਾ ਐਂਡ ਤੇ ਆ ਕਿਉਂ ਬੜਾ ਉੱਚਾ ਕਿਹਾ ਉਹ ਲੱਗਦਾ ਉਹ ਪਹਾੜ ਤੇ ਵੀ ਤੇ ਥੱਲੇ ਵੀ ਉਹ ਲੱਗ ਰਿਹਾ ਮਿਨਾਰੇ ਪਾਕਿਸਤਾਨ ਖਲੋ ਕੇ ਗਿਆ ਉਹ ਹੈ ਨਾ ਆ ਬਹੁਤ فاਸਲਾ ਜਾਂ ਤੇ ਸੁਣ ਨਹੀਂ ਰਿਹਾ ਯਾਰ ਉਹ ਬੋਲਾ ਹੈ ਯਾ ਕੋ ਦੂਰ ਦਾ ਰਿਸ਼ਤੇਦਾਰ ਹੈ ਅੱਛਾ ਤੁਹਾਨੂੰ ਗਾਣਾ ਕਿਹੋ ਜਿਹਾ ਲੱਗਾ ਨਹੀਂ ਮੈਨੂੰ ਤੇ ਗਾਣਾ ਤੇ ਬਹੁਤ ਅੱਛਾ ਲੱਗਾ ਲੇਕਿਨ ਮਨ ਵਿੱਚ ਦਗਾਤੀ ਸੀ ਕਿ ਯਾਰ ਇੰਨਾ ਰੌਲਾ ਪਾ ਦੀ ਕੀ ਲੋੜ ਐਨਾ ਭੰਡਰ ਦੀ ਕੀ ਲੋੜ ਸੀ ਲੈ ਕੇ ਜਾਣ ਚੁੱਪ ਕਰਕੇ ਲੈ ਜਾ ਯਾਰ ਐਂਡ ਹਮੋਸ਼ੀ ਨਾਲ ਪਤਾ ਵੀ ਨਾ ਲੱਗੇ ਪਤਾ ਵੀ ਨਾ ਲੱਗੇ ਕਿ ਮੋਜਗਾ ਹੋ ਰਹੀ ਹੈ ਕਿ ਨਹੀਂ ਹੋ ਰਹੀ ਕਿ ਸੈਲ ਹੋ ਰਹੀ ਹੈ ਕਿ ਆਪਣੇ ਖਾਨਦਾਨ ਨੂੰ ਵੀ ਪਤਾ ਲੱਗਾ ਦੂਜੇ ਨੇ ਵੀ ਲੱਗਾ ਕਿ ਇਹਦਾ ਜਾ ਕੇ ਚੱਲ ਰਿਹਾ ਹੈ ਇਹ ਕੀ ਗੱਲ ਤੇ ਠੀਕ ਹੈ ਬੰਦਾ ਚੋਰੀ ਚੋਰੀ ਕੰਮ ਕਰਦਾ ਹੈ ਚੋਰੀ ਚੋਰੀ ਕੰਮ ਕਰਦਾ ਬਿਲਕੁਲ ਵਿਆਹ ਵਰਿਆ ਬੰਦਾ ਜੀ ਬੀਬੀ ਨੂੰ ਕਹਿ ਰਿਹਾ ਕਿ ਐਡੀ ਚ ਕਵੇ ਹਮ ਸਾਰੇ ਘਰ ਦੇ ਕਹਣਾ ਲਓ ਜੀ ਇਹਨੂੰ ਲੈ ਕੇ ਫਿਰ ਜੇ ਤਾਂ ਸਾਰੋ ਜੀ ਪੁੱਛਿਆ ਕਰ ਕੀ ਗੱਲ ਹੈ ਸਭ ਤੋਂ ਪਹਿਲੇ ਤਾਂ ਮਾਪੀ ਉਹਨੇ ਕਰਾਂਗੇ ਦੌਰ ਫੇੜਾ ਮੋਟਰ ਹਾਂ ਜੀ ਕਿ ਬੁੱਢੀ ਥਲੇ ਲੱਗਾ ਉਹਨੂੰ ਲੈ ਕੇ ਇਹਨੂੰ ਲੈ ਜਾ ਐਡੀ ਮੈਦਾ ਕਿਤੇ ਹਮ

मैं अपने हमारे देखने वाले जो हैं हमारे व्यूअर्स हैं उनको कहना चाहेंगे कि रमज़ान आ रहा है और अल्लाह पाक ये बारकत महीना हम सबके लिए बहुत अच्छा साबित हो और उनका ख्याल जरूर रखिएगा जो सफ़ेद पोश लोग हैं और इस, इस रमजान में उनका खास ख्याल रखिए क्योंकि आपको पता है सफ़ेद पोश लोग कुछ कहते नहीं है खामोशी से ही वो बस और अगर आप उनका ख्याल रखेंगे तो उनकी दुआएं आपका सारी जिंदगी ख्याल रखें बिल्कुल बहुत शुक्रिया थैंक यू जी थैंक यू सो मच

ਪਾਦੀ ਕੀ ਲੋਟ ਸੀ ਮੇਰੇ ਗੱਲ ਆਮ ਨਾਲ ਹੋ ਸਕਦੀ ਸੀ ਇਹ ਕਿ ਨਹੀਂ ਕਿ ਆ ਯਾਰ ਤੇ ਮੌਜਰਾ ਮਾਤ ਨੂੰ ਸੈਰ ਕਰਾ ਬਿਲਕੁਲ ਹੋ ਸਕਦੀ ਹੋ ਸਕਦੀ ਹੋ ਸਕਦੀ ਈਡੀ ਕੀ ਕੀ ਦਾ ਲਾ ਪਿਆ ਪੂਰੇ ਬਲੇ ਨੂੰ ਪਤਾ ਲੱਗ ਗਿਆ ਉਹਨਾਂ ਨੂੰ ਕਿ ਯਾਰ ਮੌਜਰਾ ਚੱਲਿਆ ਸੈਰ ਕਰਾ ਚੱਲਿਆ ਹੋ ਸਕਦਾ ਕਿ ਤੇ ਤਨਹਾਈ ਜਿਹਨੂੰ ਲੈ ਕੇ ਚਲਾ ਉਹਨੂੰ ਵੀ ਉਹਦੇ ਵੀ ਪਤਾ ਲੱਗ ਗਿਆ ਆਲੇ ਨੇ ਵਾਲੇ ਇਹ ਤਾਂ ਜ਼ਾਹਰੀ ਗੱਲ ਹੈ ਜਦੋਂ ਗਾਦੇ ਹਾਂਜੀ ਹੋ ਸਕਦਾ ਉਹਨੇ ਕਿਤੇ ਤਨਹਾਈ ਚ ਬੈ ਕੇ ਗਾਇਆ ਹੋਵੇ ਬਾਹਰ ਚ ਰੌਲਾ ਪਾਇਆ ਹੋਵੇ ਗੱਲ ਤੇ ਇਹੀ ਹੈ ਲੇਕਿਨ ਤਨਹਾਈ ਚ ਜੇ ਬੈ ਕੇ ਗਾਣਾ ਗਾਏਗਾ ਜਿਹੜੀ ਚੁਗਣਾ ਗਾਇਆ ਗਿਆ ਤੇ ਤਰਾਈ ਤੇ ਰਹੀ ਨਹੀਂ ਇਹਦੇ ਇਹਦੇ ਜਿਹੜਾ ਆਪਣੇ ਘਰ ਬੈਠਾ ਉਹਦੀ ਵੀ ਤਰਾਈ ਗਈ ਵੇਖੋ ਵਿੱਕੀ ਭਾਈ ਜੀ ਇਹਦੇ ਵਿੱਚ ਜਿਹੜਾ ਨਾ ਓਏ ਵਰਲਡਸ ਨੇ ਜਿਹੜੇ ਬੋਲ ਬੋਲੇ ਗਏ ਨੇ ਆ ਤੈਨੂੰ ਮौज ਕਰਾਵਾ ਇਹਨਾਂ ਚੋਂ ਅੱਛਾ ਕਿਹੜਾ ਲੱਗਾ ਤੁਹਾਨੂੰ ਨਹੀਂ ਦੇਖੋ ਜਾਂ ਤੇ ਹੋਵੇ ਨਾ ਕਿ ਤੂੰ ਲੈ ਜਾ ਫਿਰ ਤੇ ਹੋਰ ਗੱਲ ਹੈ ਹਾਂ ਮਤਲਬ ਗਲੀਬਾਤੀ ਰੋਲਾ ਪਾ ਰਾ ਜਾਂ ਤੇ ਸਿਰਫ ਸਚੌਂਡਿਆਂ ਨੂੰ ਕਨਫਰਮ ਹੈ ਕਿ ਉਹਨੇ ਨਹੀਂ ਜਾਣਾ ਨਹੀਂ ਜਾਣਾ ਕਹਿੰਦੇ ਜਾਣਾ ਚਾਹ ਰਿਹਾ ਕਿ ਮੈਂ ਤੇ ਤੁਹਾਡੇ ਸਾਹਮਣੇ ਮੈਂ ਕਿੰਨਾ ਰੋਲ ਪਾਇਆ ਵੀ ਯਾਦਨ ਮੌਜ ਕਰਾਉਣਾ ਮੌਜ ਕਰਾ ਆਲਮ ਉਹ ਨਹੀਂ ਗਏ ਯਾਰ ਮੈਂ ਕੀ ਕਰਾਂ ਹੁਣ ਵੇਖੋ ਕਈ ਚਲੇ ਵੀ ਗਏ ਨੇ ਕਈ ਚਲੇ ਵੀ ਗਏ ਕਈ ਚਲੇ ਵੀ ਗਏ ਕੁਝ ਮਿਸਨਾ ਵੀ ਹੁੰਦੇ ਨੇ ਨਾ ਹਾਂਜੀ ਚਲੇ ਵੀ ਜਾਣਾ ਦਸਰਾ ਵੀ ਹਾਂਜੀ ਇਹ ਚਲੋ ਚਲੀ ਦਾ ਮੁਕਾਮ ਹੈ ਕਿਸੇ ਨੇ ਦੱਸ ਕੇ ਜਾਣਾ ਹੁੰਦਾ ਹਾਂਜੀ ਕਿਸੇ ਨੇ ਦੱਸ ਕੇ ਜਾਣਾ ਹੁੰਦਾ ਕਿਸੇ ਦਾ ਨਹੀਂ ਪਤਾ ਲੱਗਦਾ ਕਿ ਇੱਥੇ ਤੂੰ ਲੈ ਕੇ ਜਾ ਰਿਹਾ ਉਧਰ ਤੇ ਹਾਲੇ ਕੋਈ ਅਡਰ ਜੀਨ ਬਣਿਆ ਨਹੀਂ ਹਾਲੇ ਹੀ ਮੈਂ ਗੱਲ ਗਾਣੇ ਦੀ ਕਰਾਂ ਉਹ ਮੈਂ ਗਾਣੇ ਦੀ ਗੱਲ ਹੀ ਕਰ ਰਿਹਾ ਚਲੋ ਚਲੀ ਦਾ ਮੁਕਾਮ ਹੈ

ਬਰਾਤ ਵੀ ਦੇਖੋ ਨਾ ਕਿ ਇਹਦੇ ਨਾਲ ਆ ਮੈਂ ਜ਼ਾਹਰੀ ਗਾਣਾ ਜੀ ਸਾਡਾ ਕੋ ਬੈਠੋਗੇ ਤੇ ਅੱਛੇ ਹੋਗੇ ਨਾ ਮਕਦਰਾਂ ਵਾਲੇ ਲੋਕ ਹੋ ਤੁਸੀਂ ਨਸੀਬਾਂ ਵਾਲੇ ਲੋਕ ਹੋ ਤੁਸੀਂ ਨਹੀਂ ਅger ਪਿਆਰ ਮੁਹੱਬਤ ਨਾਲ ਕਹਿੰਦਾ ਫਿਰ ਤੂੰ ਫੋਨ ਵੀ ਕਰ ਦਿੰਦਾ ਨਾ ਕਿ ਯਾਰ ਦੋ ਰਾਤ ਕੋਈ ਰੈਡੀ ਨਹੀਂ ਤੇ ਮੌਜ ਕਰਾ ਮੌਜ ਕਰਾ ਆ ਤੈਨੂੰ ਸ਼ਾਇਰ ਕਰਾਉਂ ਚਲਿਓ ਬਾਹਰ ਕਿਤੇ ਅੱਜ ਮੈਂ ਹੁਣ ਮੈਂ ਆ ਨਾ ਵਾ ਕੇ ਵੀ ਕਿਸਾਬ ਜ਼ਰਾ ਥੱਲੇ ਆਓ ਜ਼ਰਾ ਗੱਡੀ ਖਲੋਤੀ ਜੇ ਆਓ ਜ਼ਰਾ ਕਿਤੇ ਮੌਜ ਕਰੀਏ ਠੀਕ ਲੇਕਿਨ ਉਹ ਇਹ ਲੋਕ ਨਹੀਂ ਇੰਜ ਆਏਗੇ ਨਾ ਇਹ ਆਵਾਮ ਇੰਜ ਨਹੀਂ ਮੰਨਣ ਵਾਲੀ ਅੱਛਾ ਇਹ ਰੋਲਾ ਪਾ ਕੇ ਦੱਸਣ ਵਾਲੀ ਯਾ ਆ ਵੇਖੋ ਆਟਾ ਮਹਿੰਗਾ ਹੁੰਦਾ ਦੂਸਰੀ ਦੁਕਾਨ ਵਾਲੇ ਨੂੰ ਪਤਾ ਲੱਗਦਾ ਆਹੋ ਸ਼ਾਮ ਤੱਕ ਪੂਰੀ ਦੁਨੀਆ ਨੂੰ ਪਤਾ ਲੱਗ ਜਾਂਦਾ ਕੀ ਹੋ ਗਿਆ ਕੀ ਹੋ ਗਿਆ ਇਹ ਗਾਣਾ ਇਹ ਆ ਅਲੀਏ ਗੋਸ਼ ਦਾ ਬਹੁਤ ਆਲਾ ਤੁਹਾਡਾ ਵੀ ਓਪੀਨੀਅਨ ਫਾਈਨਲ ਹੈ ਕਿ ਨਹੀਂ ਬਹੁਤ ਸ਼ੁਕਰੀਆ ਥੈਂਕ ਯੂ ਮਿਹਰਬਾਨੀ ਟਾਈਮ ਦੇਣ ਦਾ ਜਨਾਬ ਜੀ ਸਰ ਸੋ ਇਨੀ ਗੱਲ ਤੇ ਮੈਂ ਬੜਾ ਨਸੀਬਾ ਵਾਲਾ ਵਿੱਕੀ ਸਾਹਿਬ ਇਹ ਨੋ ਡਾਊਟ ਝੂਠੀ ਗੱਲ ਏ ਇਹ ਮੂੰਹ ਦੀ ਗੱਲ ਨਹੀਂ ਹੈਗੇ ਤੁਸੀਂ ਆਹ ਆਲਾ ਫਨਕਾਰ ਲੋਕੋ ਜੀ ਮੇਰੇ ਭਰਾਓ ਮੇਰੇ ਪੁੱਤਰੋ ਅੱਲਾ ਤੁਹਾਨੂੰ ਜ਼ਿੰਦਗੀ ਦੇ ਖੁਸ਼ ਰੋ ਹੋ ਬਾਦ ਰੋ ਜੀ ਮੈਂ ਬੜੀ ਖੁਸ਼ ਨਸੀਬੀ ਸਮਝਦਾ ਕਿ ਤੁਸੀਂ ਮੇਰੇ ਕੋਲੋਂ ਟਾਈਮ ਲਿਆ ਔਰ ਮੇਰੀ ਅੱਛੀ ਖੁਸ਼ੀ ਸੀ ਬੀ ਇਹ ਹੈ ਕਿ ਮੈਂ ਤੁਹਾਡੇ ਕੋਲ ਬੈਠਾ ਇੰਟਰਵਿਊ ਦੇ ਮੇਰੇ ਉੱਪਰ ਇੰਟਰਵਿਊ ਨਹੀਂ ਮੇਰੇ ਇਹ ਤਾਂ ਛੋਟਾ ਜਿਹਾ ਸੀ ਇੰਟਰਵਿਊ ਤੇਰਾ ਬਰਪੂਰ ਕਰਾਂਗਾ ਅਕਿਨ ਇਨਸ਼ਾ ਅੱਲਾ ਇਨਸ਼ਾ ਅੱਲਾ ਟਾਈਮ ਕੱਢ ਕੇ ਬਹੁਤ ਸ਼ੁਕਰੀਆ ਜੀ ਥੈਂਕ ਯੂ ਲੋ ਜੀ ਆਦਨ ਮੌਕਾ ਕਰਵਾ ਆ ਆ ਦਿਲ ਸ਼ਾਇਰ ਕਰਵਾ ਕਿਉਂ ਐਡਾ ਸਾਕੀ ਦਿਲ ਹੋਇਆ ਹੈ ਅਸਲਾਮੁਅਲੈਕਮ ਅਜ਼ੀਮ ਵਿੱਕੀ ਸਾਹਿ ਵਾਅਲੈਕੁਮ ਸਲਾਮ ਰਾਜੀ ਯਾਰ ਕੀ ਹੋਇਆ ਭਾਈ ਕਿਸ ਪਰੇਸ਼ਾਨੀ ਚ ਬੈਠੇ ਛੱਡ ਦੇ ਯਾਰ ਪਰੇਸ਼ਾਨੀ ਸਾਰਿਆਂ ਨੂੰ ਮੈਂ ਪੁੱਛੀ ਲੇਕਿਨ ਹੱਲ ਨਹੀਂ ਮਿਲਿਆ ਉਹਨੂੰ ਕਿਹੜੀ ਐਸੀ ਪਰੇਸ਼ਾਨੀ ਜਿਹਦਾ ਹੱਲ ਤੁਹਾਡੇ ਕੋਲ ਨਹੀਂ ਹੈ ਉਹ ਤੇ ਹੈ ਉਹ ਗੱਲ ਹੀ ਯਾਰ ਦਿਖਣਾ ਗਾਣਾ ਚੱਲਿਆ ਅੱਜਕੱਲ ਆ ਤੈਨੂੰ ਮੌਜ ਕਰਾਵਾਂ ਬੜਾ ਹਾਂ ਤੈਨੂੰ ਠਹਿਰ ਕਰਾਵਾਂ ਆ ਦੁੱਖ ਦੀ ਰੱਖ ਛੇੜਤੀ ਤੁਸੀਂ ਮੇਰੀ ਵੀ ਕੀ ਮਤਲਬ ਇਹ ਗਾਣਾ ਨਹੀਂ ਮੈਂ ਤਾਂ ਕਹਿੰਦਾ ਐਡਾ ਰੋਲਾ ਪਾਣ ਦੀ ਕੀ ਲੋੜ ਸੀ ਯਾਰ ਉਹ ਹੈ ਗੱਲ ਕਰਨਾ ਯਾਰ ਹਰ ਬੰਦੇ ਨੇ ਇਹ ਗਾਣਾ ਲਾਇਆ ਆ ਤੈਨੂੰ ਮੌਜ ਕਰਾਵਾਂ ਆ ਅੱਛਾ ਉਹ ਬੰਦੇ ਬਹੁਤ ਏ ਸੁਣਨ ਦੇਣ ਜਿਨ੍ਹਾਂ ਕੋ ਸਾਈਕਲ ਵੀ ਕੋਈ ਨਹੀਂ ਉਹ ਬਹੁਤਾ ਕਹਿ ਰਿਹਾ ਉਹ ਬਹੁਤਾ ਸੁਣ ਰਹੇ ਨੇ ਆ ਤੈਨੂੰ ਮौज ਕਰਾਵਾਂ ਤੈਨੂੰ ਉਥੇ ਲਿਜਾਵਾ ਵੀ ਟਕਾ ਤੇਰੇ ਪੱਲੇ ਨਹੀਂ ਘਰ ਆਟਾ ਮੁਕਾ ਉਹਦਾ ਸੋਚ ਮਸ਼ੂਕ ਨੂੰ ਕਹਿ ਰਿਹਾ ਤੈਨੂੰ ਮौज ਕਰਾਵਾਂ ਉਹ ਬੰਦਾ ਕਹਿ ਰਿਹਾ ਜਿਹੜਾ ਬੰਦਾ ਕਹਿੰਦਾ ਯਾਰ ਮੂਰਛਾੜੇ ਲਾ ਨਹੀਂ ਜਾਂਦਾ ਹਾਂ ਉਹ ਵੀ ਇਹ ਕਹਿ ਰਿਹਾ ਆ ਤੇਨੂੰ ਮौज ਕਰਾਵਾਂ ਆ ਤੈਨੂੰ ਮौज ਕਰਾਵਾਂ ਕਿਉਂ ਆਪ ਤੇ ਪਹਿਲੇ ਕਰ ਲੈ ਤੂੰ ਮੈਂ ਇੱਕ ਬੰਦੇ ਨੂੰ ਕਿਹਾ ਆ ਤੇਰੀ ਸ਼ੇਵ ਕਰਾਵਾਂ ਖੰਨਾ ਚਲਾ ਤੈਨੂੰ ਮੌਜ ਕਰਾਵਾਂ। ਲੈ ਆ ਤੈਨੂੰ ਮੌਜ। ਹਰ ਗੱਲ ਤੇ ਤੈਨੂੰ ਮੌਜ ਕਰਾਵਾਂ। ਵੀ ਮੁਲਕ ਦੇ ਹਾਲਾਤ ਵੇਖੋ ਕਿੱਧਰ ਜਾਣ ਡੈ ਨੇ। ਉਤੋਂ ਅਗਲੀ ਗੱਲ ਨਹੀਂ ਨਾ ਤੁਸੀਂ ਸੁਣੀ। ਕਿਹੜੀ? ਯਾਰ ਹੁਣੀ ਘੁੰਮਦੇ ਲਾਹੌਰ ਨਹੀਂ ਵੀ ਘੁੰਮਣ ਦੇ ਸਾਡੇ ਰਖਸ਼ੇ ਤੇ ਫਿਰਨ ਡੈ ਆ। ਸਾਡੇ ਕਿਰਾਏ ਤੇ ਯਾਰ ਹੁਣੀ ਫਿਰ ਰਹੇ ਨੇ। ਡੋਲਿਆਂ ਦਾ ਜ਼ੋਰ ਨਹੀਂ। ਵੀ ਆਚਰੂ ਕਰ ਡੋਲ ਕਟਵਾਉਣੇ ਨੇ। ਅੱਛਾ। ਵੀ ਐਡਾ ਟਰिपल ਐਚ ਵਾਲਾ ਗਾਣਾ। ਐਡਾ ਕਦ ਯਾਰਨਲ ਹੋਇਆ ਤੂੰ। ਉਤੋਂ ਚੱਲੀ ਆ ਰਿਹਾ। ਆਹੋ। ਆਹ ਤੈਨੂੰ ਮੌਜ ਕਰਾਵਾਂ। ਅੱਛਾ ਵਿੱਚ ਐਂਡ ਦੀ ਜਿਹੜੀ ਜਗ੍ਹਾ ਗਈ। ਆਹ ਬੜਾ ਲੰਮਾ ਗਿਆ। ਆ ਉਹ ਲੱਗਦਾ 7ਵੀਂ ਮੰਜ਼ਲ ਤੋਂ ਉਹ ਡਿੱਗਿਆ ਤੇ ਕਿਹਦਾ ਆ ਰਿਹਾ ਹੈ ਅੱਛਾ ਉਹ ਬੇਸਿਕਲੀ ਉਤਲੇ ਸੁਰ ਦਾ ਤਰਲਾ ਹੈ ਉਹ ਨਾ 7ਵੇਂ ਕਾਲੇ ਦਾ ਤਰਲਾ ਹੈ 30 30ਸਰੀ ਸਬਕਤ ਦਾ ਤਰਲਾ ਹੈ ਉਹ ਆ ਤੈਨੂੰ ਮੌਜ ਕਰਾਂ ਨਾਲ ਦੇਣ ਸੁਣੀ ਨਹੀਂ ਨਾ ਪਰੇ ਆਵਾਜ਼ ਦੇਣੀ ਦੇ ਯਾਰ ਆ ਹਾਂ ਤੈਨੂੰ ਉਹਨੇ ਐਡੀ ਉੱਚੀ ਕਿਹਾ ਉਤੋਂ ਪਰਿੰਦੇ ਥੱਲੇ ਆ ਗਏ ਪਤਾ ਨਹੀਂ ਥੱਲੇ ਕੋ ਰੋਟੀ ਰੋਟੀ ਦੇਣ ਦੇ ਕਾਦੀ ਮੌਜ ਲੱਗੀ ਅਜਾ ਜੀਡੀਓ ਚ ਕਿਹਾ ਲੱਗਦਾ ਕਿਥੇ ਦੂਰ ਦਿਸਦਾ ਨੂੰ ਕਹਿ ਰਿਹਾ ਕਿਹਾ ਜੀ ਹਾਂ ਉਹ ਲਿਆ ਭਾਈ ਉਹਨੇ ਐਡੀ ਉੱਚੀ ਕਿਹਾ ਆ ਤੈਨੂੰ ਮੌਜ ਕਰਾਵਾਂ ਉਤੋਂ ਜਹਾਜ਼ ਨੰਗ ਰਿਹਾ ਸੀ ਮੁਸਾਫਰਾ ਨੇ ਪਾਇਲਟ ਨੂੰ ਪੁੱਛਿਆ ਤੁਹਾਨੂੰ ਕੋ ਥੱਲੇਵਾਦਾਂ ਦੇ ਰਿਹਾ ਭਾਈ ਥੱਲੇ ਕੋ ਗੱਲ ਹੋ ਰਹੀ ਥੱਲੇ ਕੋ ਗੱਲ ਹੋ ਰਹੀ ਕਾਦੀ ਮੌਜ ਲੱਗ ਰਹੀ ਨੰਗ ਤੇ ਜਹਾਜ਼ ਵਾਲੇ ਮੁਸਾਫਰ ਇੱਕ ਦੂਜੇ ਨੂੰ ਕਹਿ ਰਹੇ ਨੇ ਇਹ ਮੁਲਕ ਤੇ ਇੰਨਾ ਖੁਸ਼ਹਾਲ ਹੀ ਨਹੀਂ ਮੌਜ ਕਿਨੂੰ ਕਰਾ ਰਹੇ ਮੌਜ ਕਿਨੂੰ ਕਰਾ ਰਹੇ ਕੋਰਫਿਤ ਪਿਆਰ ਤੇ ਮੌਜ ਕਰਾਵਾ ਹਰ ਗੱਲ ਤੇ ਮੌਜ ਕਰਾਵਾ ਇਹ ਗਾਣੇ ਦੀ ਮੈਨੂੰ ਵੀ ਸਮਝ ਨਹੀਂ ਆਈ ਭਾਈ ਉਤੋਂ 4-5 ਯਾਨੇ ਨੇ ਇਹ ਮੈਂ ਕਹਿੰਦਾ ਕਿ ਸਿਰਫ ਲਾਲਾ ਜੀ ਦੀ ਆਵਾਜ਼ ਵਿੱਚ ਨਾਲਾ ਹੁੰਦੀ ਆਏ ਹਾਏ ਉਹਨੇ ਮੌਜ ਕਰਾਈ ਔਰ ਲਾਲਾ ਦੀ ਆਵਾਜ਼ ਨੇ ਅਸਲ ਚ ਮੌਜ ਲੁਾਈ ਹੋਈ ਘਾ ਮਰਨਾ ਤੇ ਗੱਲ ਸਮਝ ਨਹੀਂ ਆਈ ਹਾਂ ਆਰਫ ਲੋਹਾਰ ਸਾਹਿਬ ਤੋਂ ਇਲਾਵਾ ਕਿਸੇ ਨੂੰ ਕੋਈ ਲਫ਼ਜ਼ ਯਾਦ ਨਹੀਂ ਸਿਰਫ ਆਵਾਮ ਨੂੰ ਐ ਪਤਾ ਆ ਤੈਨੂੰ ਮੌਜ ਕਰਾਵਾ ਸਿਰ ਉਹ ਸਾਡੀ ਪਬਲਿਕ ਇਗਜ਼ੀਟ ਲਈ ਖੋਸ਼ ਕੇ ਯਾਸਰ ਮੌਜ ਕਰਾਣਾ ਹਾਂ ਇਲੈਕਸ਼ਨਾਂ ਤੋਂ ਪਹਿਲੇ ਆਇਆ ਕਹਿ ਰਹੇ ਸਨ ਆ ਤੇਰਾ ਵੋਟ ਪਵਾਵਾ ਆ ਤੈਨੂੰ ਜ਼ਲੀਲ ਕਰਾਵਾ ਆ ਤੈਨੂੰ ਮਹਿੰਗਾਈ ਦੇ ਉਤੋਂ ਛਿੱਤਰ ਪਵਾਵਾ ਆ ਤੈਨੂੰ ਪਰੇਸ਼ਾਨ ਕਰਾਵਾ ਹਾਂ ਤੈਨੂੰ ਮਹਿੰਗੀ ਰੋਟੀ ਖਵਾਵਾ ਆ ਤੇਰਾ ਟੈਨਸ਼ਨ ਦਵਾਵਾ ਆ ਤੈਨੂੰ ਪੰਜੀਆਂ ਵਾਲੀ ਖਮੀਰੀ ਰੋਟੀ 35 ਚ ਖਵਾਵਾ ਆ ਤੈਨੂੰ ਸਿਆਪਾ ਪਾਵਾ ਆ ਤੈਨੂੰ 250 ਲੀਟਰ ਵਾਲਾ ਤੇਲ 650 ਚ ਦਵਾਵਾ ਆ ਤੈਨੂੰ ਆਪਣੀ ਪਾਵਾ ਆ ਤੈਨੂੰ ਆਪਣੀ ਪਾਵਾ ਆ ਤੈਨੂੰ ਖਜੂਰਾ ਤੋਂ ਤਰਸਾਵਾ ਆ ਤੈਨੂੰ ਫਰੂਟ ਤੋਂ ਤਰਸਾਵਾ ਆ ਤੈਨੂੰ ਕੇਲਿਆਂ ਦੇ ਰੇਟ ਵਿਖਾਵਾ ਲੱਕੇ ਲੈ ਅੰਦਰ ਹੀ ਟੁਪਕਾ ਆ ਜਿੰਨੀ ਮਹਿੰਗਾਈ ਹੈ ਨਾ ਉਹ ਲੋਕਾਂ ਨੇ ਇਹ ਨਹੀਂ ਕਹਿਣਾ ਆ ਤੈਨੂੰ ਅਫਤਾਰੀ ਕਰਾਵਾਂ ਰੋਜ਼ਿਆਂ ਚ ਆ ਤੈਨੂੰ ਕਿਲੋ ਗੰਡੇ ਦਵਾਵਾਂ ਇਹ ਕੋਈ ਨਹੀਂ ਕਹਿ ਰਿਆ ਇਹ ਸਿਰਫ ਇਹ ਕਹਿਣਗੇ ਆ ਤੈਨੂੰ ਅਫਤਾਰੀ ਵਖਾਵਾਂ ਕਰਵਾਵਾਂ ਨਾ ਕਰਵਾਣ ਵਾਲੀ ਤਾਂ ਗੱਲ ਹੀ ਕਿਤੇ ਨਿਕਲ ਗਈ ਨਾ ਜਿੱਡੀ ਮਹਿੰਗੀ ਹੈ ਭਾਈ ਯਾਨੀ ਕਿ ਆ ਤੈਨੂੰ ਅਫਤਾਰੀ ਵਖਾਵਾ ਹਾਏ 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 ਭਾਈ ਹਾਏ ਹਾਏ ਤੇ ਬੰਦੇ ਮਲੰਗਾ ਨੂੰ ਫੜ ਕੇ ਕਹਿ ਰਿਹਾ ਤੈਨੂੰ ਨਵਾਵਾਂ ਲੈ ਯਾਰ ਕੀ ਗਾਣਾ ਕੀ ਹੈ ਜੀਨ ਸਾਹਿਬ ਕੋ ਇਹ ਤਾਂ ਮੂੰਹ ਸਿਰ ਹੈ ਕੋਈ ਗੱਲ ਨਹੀਂ ਮਤ ਕਿ ਐਡੀ ਕਾਦੀ ਖੁਸ਼ਹਾਲੀ ਹੈ ਐਡੀ ਤਾਂ ਖੁਸ਼ਹਾਲੀ ਹੈ ਹੀ ਨਹੀਂ ਇਸ ਮੁਲਕ ਚ ਜਿੱਡਾ ਉੱਚੀ ਗਾਣਾ ਗਾਇਆ ਉਹਨਾਂ ਨੇ ਰਾਤ ਨੂੰ ਮੌਜ ਕਰਾ ਹਾਂ ਤੈਨੂੰ ਮੌਜ ਕਰਾਵਾਂ ਬਈ ਐ ਗੱਲ ਨਾ ਹਸਬੈਂਡ ਆਪਣੀ ਬੀਵੀ ਨੂੰ ਕਹਿੰਦਾ ਸੋਹਣਾ ਆ ਤੈਨੂੰ ਪਾਰਕ ਚ ਫਨਾਉ ਉਹ ਵੀ ਉੱਚੀ ਨਹੀਂ ਕਹਿੰਦਾ ਕਿ ਅੰਮੀ ਆਪਾਂ ਨਾਲ ਸੁਣ ਲੈਣ ਹਾਂ ਯਾ ਪੁਰਾਣਾ ਟੱਬਰ ਜਾਣਾ ਮੇਰੇ ਦੂਜੇ ਪੁਰਾਣਾ ਸੁਣ ਲੈਣਾ ਹਾਏ 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 ਕਿ ਘਰ ਸੇ ਆਪਾਂ ਪਹਿਲੇ ਕੋ ਲੋ ਜੀ ਇਹ ਇਹਨੂੰ ਲਾ ਕੇ ਫਿਰ ਜਾਂਦਾ ਹਾਂ ਹੈ ਇਹ ਪ੍ਰਾਪਰਟੀ ਡੀਲਰਾਂ ਅਸੇ ਅੱਛਾ ਗਾਣਾ ਹੈ ਆ ਤੈਨੂੰ ਕਿਰਾਏਦਾਰਾਂ ਨੂੰ ਕਹਿਣਾ ਆ ਤੈਨੂੰ ਮਕਾਨ ਵਿਖਾਵਾ ਆ ਤੈਨੂੰ ਮਕਾਨ ਵਿਖਾਵਾ ਆ ਤੇਰਾ ਐਡਵਾਂਸ ਵਾਪਸ ਕਰਾਵਾਂ ਆ ਆਹ ਤੈਨੂੰ ਮਰਲੇ ਦੇ ਸਾਹਮਣੇ ਜਗਾਵਾ ਓਏ ਹੋਏ ਓਏ ਆ ਤੈਨੂੰ ਕਿਸੇ ਦੀ ਜ਼ਮੀਨ ਤੇ ਭਰਾਵਾ ਤੇ ਫਿਰ ਤੇਰੇ ਕੋਲੋਂ ਹੀ ਬਕਵਾਮ ਆ ਆ ਤੇਰਾ ਸਮਾਨ ਰਖਵਾਵਾ ਮੈਡਮ ਆਸ਼ਾ ਚੌਧਰੀ ਵੀ ਆ ਗਏ ਨੇ ਲੋ ਜੀ ਆਜ ਕੋਸ਼ੀ ਸਾਹਿਬ ਵੀ ਆ ਆ ਤੈਨੂੰ ਆਸ਼ਾ ਦਾ ਗਾਣਾ ਵਿਖਾਵਾ ਕੋਈ ਨਹੀਂ ਪਰੇਸ਼ਾਨੀ ਨਾ ਲਓ ਭਾਜੀ ਨਹੀਂ ਯਾਰ ਮੈਨੂੰ ਇਸ ਗੱਲ ਦਾ ਹੱਲ ਕੋਈ ਨਹੀਂ ਹੈਗਾ ਨਾ ਤੁਹਾਡੇ ਕੋਲ ਨਾ ਮੇਰੇ ਘਰ ਘਰ ਕੋਈ ਨਹੀਂ ਅੱਛਾ ਇਸ ਗੱਲ ਦਾ ਕਿਸੇ ਕੋਲ ਹੱਲ ਨਹੀਂ ਹੈ ਕੋਈ ਹੱਲ ਨਹੀਂਗਾ ਇਹ ਰਲ ਕੇ ਇੱਕ ਦਿਨ ਟਾਈਮ ਬਣਾਨੇ ਲੁਹਾਰ ਫੁਹਾਰ ਸਾਹਿਬ ਕੋਲੋਂ ਪੁੱਛਾਂਗੇ ਕਿ ਇਸ ਗਾਣੇ ਦਾ ਮਕਸਦ ਕੀ ਹੈ ਮੈਂ ਲਾਲਾ ਜੀ ਕੋਲ ਸਪੈਸ਼ਲ ਜਾਣਾ ਇੱਕ ਦਿਨ ਮੈਂ ਗਿਆ ਵੀ ਮਿਲਿਆ ਨਹੀਂ ਉੱਥੇ ਲਾਲਾ ਜੀ ਅੱਛਾ ਬਾਗੀ ਬੰਦੇ ਮਿਲੇ ਨੇ ਮੈਂ ਮੈਂ ਪੇਗਾਮ ਦੇ ਆਜੇ ਲਾਲਾ ਜੀ ਲਾਲਾ ਜੀ ਨੂੰ ਕਹਿੰਦਾ ਜੀ ਮੈਂ ਆਵਾਂਗਾ ਦੁਬਾਰਾ ਹਾਂ ਚਲੋ ਇੰਟਰਵਿਊ ਤੇ ਹੋ ਗਿਆ ਆ ਤੈਨੂੰ ਕੋ ਚਾਹ ਪਾਣੀ ਪਿਆਵਾ ਬਹੁਤ ਛੇਤੀ ਪੁੱਛ ਲਿਆ ਬ ਆ ਮੈਂ ਤੈਨੂੰ ਨਾ ਕਰਾਵਾਂ ਆ ਤੇਰੇ ਕੋਲ ਰੈਸਲ ਕਰਾਵਾਂ ਮੋੜ ਕੇ ਸ਼ੋਅ ਕਰਾਵਾਂ ਫਿਰ ਕਲੈਪਾਂ ਦਵਾਵਾਂ ਫਿਰ ਲਾਫਟਰ ਦਵਾਵਾਂ ਬਰਨਾਲ ਆ ਪਹਿਲੇ ਮੈਂ ਦੁੱਧ ਬਗਾਵਾ ਫਿਰ ਮਚਾ ਬਣਵਾਵਾ ਚਲੋ ਫਿਰ ਇਕੱਠੇ ਹੀ ਚੱਲਨੇ ਤੈਨੂੰ ਯੂਸਫ ਸਾਹਿਬ ਕੋ ਪੈਸੇ ਦਵਾਵਾਂ ਅੱਲਾ ਕਰੇ ਮੇਰਾ ਅਜ ਟਾਈਮ ਹਣਾ ਮੈਨੂੰ ਤਾਂ ਜਾਣਦੇ ਹੋ ਹੋ ਗਿਆ ਬਾਜੂ ਗਰੀਆ